ਮੈਨੂੰ ਦਿਲਜੀਤ ਦੋਸਾਂਝ, ਅਮਰਿੰਦਰ ਗਿੱਲ ਅਤੇ ਗਿੱਪੀ ਗਰੇਵਾਲ ਪਤਾ ਸੀ, ਹੋਰ ਮੈਨੂੰ ਕੁਛ ਵੀ ਨਹੀਂ ਪਤਾ ਸੀ। ਮੈਂ ਐਮੀ ਵਿਰਕ ਨੂੰ ਦੇਖਿਆ, ਆ ਰਿਹਾ ਇਹਦੇ ਪਿੱਛੇ ਚਾਰ ਬੰਦੇ ਆ ਰਹੇ, ਮੈਂ ਕਿਹਾ ਬੰਦਾ ਕੌਣ ਆ, ਹੈ ਨਾ। ਮੈਨੂੰ ਕਿਹਾ, ਮੈਂ ਕਿਹਾ ਮੈਂ ਤੇਰੇ ਜਿੰਨਾ ਸਟਾਈਲ ਕਿਸੇ 'ਚ ਨਹੀਂ ਵੇਖਿਆ, ਹੈ ਨਾ, ਇੰਨੀ ਟੌਰ ਨਾਲ ਆਇਆ, ਹੈ ਨਾ, ਆਏ ਆਏ। ਮੈਂ ਕਿਹਾ ਯਾਰ, ਉਦੋਂ ਦਾ ਅੱਜ ਤੱਕ ਮੈਨੂੰ ਆ ਲੱਗਦਾ ਕਿ ਪੰਜਾਬੀ ਫਿਲਮਾਂ 'ਚ ਜਿਹੜਾ ਇੱਕ ਸਟਾਈਲ ਕੈਰੀ ਕਰਨਾ ਹੁੰਦਾ ਨਾ, ਕਿ ਭਾਵੇਂ ਕੁਛ ਵੀ ਦੇ ਦਿਉ ਤੁਸੀਂ ਐਮੀ ਵਿਰਕ ਨੂੰ, ਉਹਨੇ ਆਏ ਕੈਰੀ ਕਰਨਾ ਆਪਦੇ ਉੱਤੇ, ਹੈ ਨਾ, ਬਹੁਤ ਵਧੀਆ ਕੈਰੀ ਕਰਦਾ। ਅਤੇ ਉਹੀ ਮੇਰਾ ਪਹਿਲਾ ਰਿਐਕਸ਼ਨ ਸੀ, ਉਹੀ ਅੱਜ ਤੱਕ।